ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਬਣਾਵਾਂਗੇ ਸਾਰਿਆਂ ਦੇ ਮਨਪਸੰਦ ਪੀਜ਼ਾ ਗਾਰਲਿਕ ਬਨ, ਜੋ ਕਿ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਆ। ਇਹਦੇ ਵਿੱਚ ਤੁਹਾਨੂੰ ਤਿੰਨ ਤਿੰਨ ਚੀਜ਼ਾਂ ਦਾ ਟੇਸਟ ਆਉਣ ਵਾਲਾ ਆ, ਪੀਜ਼ਾ, ਗਾਰਲਿਕ ਬ੍ਰੈਡ ਤੇ ਸੈਂਡਵਿਚ ਦਾ। ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦਾ ਪਿਆ ਦੇਖਣ ਨੂੰ, ਸੋ ਤੁਸੀਂ ਜ਼ਰੂਰ ਟਰਾਈ ਕਰਿਓ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਚਲੋ ਫਿਰ ਦੇਖਦੇ ਹਾਂ ਕਿਵੇਂ ਬਣਦੇ ਆ ਪੀਜ਼ਾ ਗਾਰਲਿਕ ਬ੍ਰੈਡ। ਪੀਜ਼ਾ ਗਾਰਲਿਕ ਬਨ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਚਾਰ ਬਨ ਲਏ ਆ। ਤੁਸੀਂ ਇਹਦੀ ਥਾਂ ਤੇ ਨਾਰਮਲ ਬ੍ਰੈਡ ਵੀ ਯੂਜ਼ ਕਰ ਸਕਦੇ ਹੋ, ਸੈਂਡਵਿਚ ਬ੍ਰੈਡ। ਥੋੜਾ ਜਿਹਾ ਸਾਨੂੰ ਚਾਹੀਦਾ ਬਟਰ, ਟੋਮੈਟੋ ਕੈਚਅਪ ਲਈ ਆ, ਚਿੱਲੀ ਫਲੇਕਸ, ਥੋੜੀਆਂ ਜਿਹੀਆਂ ਸਬਜ਼ੀਆਂ ਲਈਆਂ। ਸਬਜ਼ੀਆਂ ਦੇ ਵਿੱਚ ਮੈਂ ਲਈ ਸ਼ਿਮਲਾ ਮਿਰਚ, ਜਿਹਨੂੰ ਮੈਂ ਇਸ ਤਰੀਕੇ ਨਾਲ ਬਿਲਕੁਲ ਛੋਟਾ ਛੋਟਾ ਪਤਲਾ ਪਤਲਾ ਕੱਟ ਲਿਆ, ਤੇ ਪਿਆਜ਼ ਲਿਆ ਤਾਂ ਇਹਨੂੰ ਵੀ ਬਿਲਕੁਲ ਬਰੀਕ ਬਰੀਕ ਕੱਟ ਲਿਆ ਆ। ਸਾਨੂੰ ਚਾਹੀਦੀ ਹੈ ਪੀਜ਼ਾ ਮੋਜ਼ਰੇਲਾ ਚੀਜ਼, ਤੁਸੀਂ ਇਹਦੀ ਥਾਂ ਤੇ ਚੀਜ਼ ਸਲਾਈਸ ਵੀ ਯੂਜ਼ ਕਰ ਸਕਦੇ ਹੋ। ਇੱਕ ਬੜਾ ਚਮਚ ਲਿਆ ਗਾਰਲਿਕ, ਗਾਰਲਿਕ ਨੂੰ ਮੈਂ ਕੁੱਟ ਲਿਆ ਆ। ਹੁਣ ਅਸੀਂ ਸਭ ਤੋਂ ਪਹਿਲਾਂ ਗਾਰਲਿਕ ਬਟਰ ਬਣਾ ਕੇ ਤਿਆਰ ਕਰਾਂਗੇ। ਹੁਣ ਅਸੀਂ ਗਾਰਲਿਕ ਬਟਰ ਬਣਾਵਾਂਗੇ। ਗਾਰਲਿਕ ਬਟਰ ਬਣਾਉਣ ਦੇ ਲਈ ਕੌਲੀ ਦੇ ਵਿੱਚ ਜਿਹੜਾ ਮੈਂ ਕੁੱਟਿਆ ਹੋਇਆ ਲਸਣ ਪਾ ਦਿੱਤਾ ਆ, ਥੋੜੇ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਚਿੱਲੀ ਫਲੇਕਸ, ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਨੀ ਤੁਸੀਂ ਜਿਹੜੀ ਚਿੱਲੀ ਫਲੇਕਸ ਆ ਪਾ ਲੈਣੇ ਆ। ਮੱਖਣ ਪਾ ਦਾਂਗੇ, ਬਟਰ ਇਹਦੇ ਵਿੱਚ, ਇਹ ਮੈਂ ਸਾਲਟਡ ਬਟਰ ਯੂਜ ਕੀਤਾ ਹੈ, ਇਸ ਲਈ ਇਹਦੇ ਵਿੱਚ ਆਪਾਂ ਨਮਕ ਬਿਲਕੁਲ ਨਹੀਂ ਪਾਵਾਂਗੇ। ਜੇ ਤੁਸੀਂ ਅਨਸਾਲਟਡ ਬਟਰ ਯੂਜ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਨਮਕ ਆ ਉਹ ਪਾ ਲੈਣਾ। ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਲਾ ਦਾਂਗੇ। ਗਾਰਲਿਕ, ਚਿੱਲੀ ਫਲੇਕਸ ਤੇ ਬਟਰ ਨੂੰ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਹੈ। ਗਾਰਲਿਕ ਬਟਰ ਜਿਹੜਾ ਬਣ ਕੇ ਤਿਆਰ ਆ, ਇਹਨੂੰ ਆਪਾਂ ਸਾਈਡ ਤੇ ਰੱਖਾਂਗੇ। ਹੁਣ ਅਸੀਂ ਮੋਜ਼ਰੇਲਾ ਚੀਜ਼ ਨੂੰ ਕੱਦੂਕਸ ਕਰ ਲਾਂਗੇ। ਇੱਥੇ ਤੁਹਾਨੂੰ ਮੈਂ ਇੱਕ ਟਿਪ ਦੇਣਾ ਚਾਹੁੰਦੀ ਹਾਂ, ਕਿਉਂਕਿ ਜਦੋਂ ਆਪਾਂ ਮੋਜ਼ਰੇਲਾ ਚੀਜ਼ ਨੂੰ ਕੱਦੂਕਸ ਕਰਦੇ ਹਾਂ ਤਾਂ ਜਿਹੜੀ ਚੀਜ਼ ਆ ਉਹ ਕੱਦੂਕਸ ਦੇ ਉੱਪਰ ਚਿਪਕ ਜਾਂਦੀ ਆ। ਉਹਦੇ ਲਈ ਆਪਾਂ ਇਸ ਤਰੀਕੇ ਨਾਲ ਪਹਿਲਾਂ ਕੱਦੂਕਸ ਦੇ ਉੱਪਰ ਆਇਲ ਲਗਾ ਦੇਣਾ, ਅੰਦਰ ਵੀ ਲਗਾ ਦੇਣਾ, ਤਾਂ ਕਿ ਜਿਹੜੀ ਮੋਜ਼ਰੇਲਾ ਚੀਜ਼ ਆ ਉਹ ਚਿਪਕੇ ਨਾ ਕੱਦੂਕਸ ਤੇ। ਨਹੀਂ ਤਾਂ ਕੀ ਹੁੰਦਾ ਕਿ ਜਦੋਂ ਆਪਾਂ ਮੋਜ਼ਰੇਲਾ ਚੀਜ਼ ਨੂੰ ਕੱਦੂਕਸ ਕਰਦੇ ਹਾਂ, ਅੱਧੀ ਤਾਂ ਜਿਹੜੀ ਕੱਦੂਕਸ ਦੇ ਨਾਲ ਹੀ ਚਿਪਕ ਜਾਂਦੀ ਹੈ, ਇਸ ਲਈ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਕੱਦੂਕਸ ਕਰ ਲਾਂਗੇ। ਇਸ ਤਰ੍ਹਾਂ ਮੋਜ਼ਰੇਲਾ ਚੀਜ਼ ਜਿਹੜੀ ਮੈਂ ਕੱਦੂਕਸ ਕਰ ਲਈ ਹੈ, ਇਹਨੂੰ ਵੀ ਆਪਾਂ ਸਾਈਡ ਤੇ ਰੱਖਾਂਗੇ। ਹੁਣ ਅਸੀਂ ਪੀਜ਼ਾ ਗਾਰਲਿਕ ਬਨ ਬਣਾਉਣੇ ਸਟਾਰਟ ਕਰਦੇ ਹਾਂ। ਇਹ ਮੈਂ ਬਨ ਲੈ ਲਏ ਆ। ਹੁਣ ਅਸੀਂ ਸਭ ਤੋਂ ਪਹਿਲਾਂ ਬਨ ਦੇ ਉੱਪਰ ਆਪਾਂ ਕੈਚਅਪ ਲਗਾਵਾਂਗੇ। ਕੈਚਅਪ ਲਗਾਉਣ ਦੇ ਨਾਲ ਕੀ ਹੁੰਦਾ ਹੈ ਕਿ ਹਲਕਾ ਜਿਹਾ ਸਵੀਟ ਟੇਸਟ ਆ ਜਾਂਦਾ ਹੈ, ਜਿਹਦੇ ਨਾਲ ਇਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ। ਇਸ ਤਰੀਕੇ ਨਾਲ ਮੈਂ ਚਾਰੇ ਬਨ ਦੇ ਉੱਪਰ ਜਿਹੜਾ ਕੈਚਅਪ ਲਗਾ ਦਿੱਤਾ ਹੈ। ਹੁਣ ਆਪਾਂ ਇਹਦੇ ਉੱਪਰ ਲਗਾ ਦਾਂਗੇ ਗਾਰਲਿਕ ਬਟਰ ਇਸ ਤਰੀਕੇ ਨਾਲ, ਜਿੰਨਾ ਤੁਹਾਨੂੰ ਪਸੰਦ ਆ ਉਸ ਹਿਸਾਬ ਨਾਲ ਤੁਸੀਂ ਘੱਟ ਜਾਂ ਵੱਧ ਤੁਸੀਂ ਲਗਾ ਲੈਣਾ ਹੈ। ਇਸ ਤਰ੍ਹਾਂ ਮੈਂ ਸਾਰਿਆਂ ਦੇ ਉੱਪਰ ਗਾਰਲਿਕ ਬਟਰ ਲਗਾ ਦਿੱਤਾ ਹੈ। ਹੁਣ ਆਪਾਂ ਇਹਦੇ ਉੱਪਰ ਲਗਾ ਦਾਂਗੇ ਵੈਜੀਟੇਬਲਸ। ਵੈਜੀਟੇਬਲਸ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਯੂਜ਼ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਪਸੰਦ ਹੋਣ। ਫਰੈਂਡਸ, ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ, ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ, ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਬੱਚਿਆਂ ਨੂੰ ਕੀ, ਤੁਸੀਂ ਆਪ ਵੀ ਬਣਾ ਕੇ ਖਾਓ, ਤੁਹਾਨੂੰ ਵੀ ਬਹੁਤ ਪਸੰਦ ਆਊਗਾ। ਦੇਖੋ ਜਿੰਨੀਆਂ ਸਬਜ਼ੀਆਂ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਉੱਪਰ ਦੀ ਆਪਾਂ ਪਾ ਦਾਂਗੇ ਮੋਜ਼ਰੇਲਾ ਚੀਜ਼। ਚੀਜ਼ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ, ਘਰ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਖੂਬ ਜਿਹੜਾ ਪਾ ਸਕਦੇ ਹੋ। ਫਰੈਂਡਸ, ਇਹਦੇ ਵਿੱਚ ਤੁਹਾਨੂੰ ਤਿੰਨ ਤਿੰਨ ਚੀਜ਼ਾਂ ਦਾ ਟੇਸਟ ਆਉਣੇ ਵਾਲਾ ਆ, ਗਾਰਲਿਕ ਬ੍ਰੈਡ, ਪੀਜ਼ਾ ਤੇ ਸੈਂਡਵਿਚ ਦਾ। ਜ਼ਰੂਰ ਬਣਾ ਕੇ ਖਾਇਓ। ਦੇਖੋ ਇਸ ਤਰ੍ਹਾਂ ਮੈਂ ਪੀਜ਼ਾ ਗਾਰਲਿਕ ਬਨ ਬਣਾ ਕੇ ਤਿਆਰ ਕਰ ਲਏ ਆ, ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਪਏ ਆ। ਹੁਣ ਆਪਾਂ ਇਹਨਾਂ ਨੂੰ ਸੇਕ ਲਾਂਗੇ। ਪੀਜ਼ਾ ਗਾਰਲਿਕ ਬਨ ਨੂੰ ਸੇਕਣ ਦੇ ਲਈ ਇਹ ਮੈਂ ਤਵਾ ਲਿਆ ਹੈ, ਗੈਸ ਦੀ ਫਲੇਮ ਬਿਲਕੁਲ ਲੋ ਰੱਖੀ ਆ। ਆਪਾਂ ਇਸ ਤਰੀਕੇ ਨਾਲ ਥੋੜਾ ਜਿਹਾ ਆਇਲ ਬ੍ਰਸ਼ ਕਰ ਦਾਂਗੇ। ਗੈਸ ਦੀ ਫਲੇਮ ਦਾ ਖਾਸ ਧਿਆਨ ਰੱਖਣਾ, ਬਿਲਕੁਲ ਲੋ ਰੱਖਣੀ ਹੈ। ਇਸ ਤਰ੍ਹਾਂ ਇਹਦੇ ਉੱਪਰ ਮੈਂ ਜਿਹੜੇ ਆ ਬਨ ਰੱਖ ਦਿੱਤੇ ਆ ਦੋ, ਉੱਪਰ ਦੀ ਆਪਾਂ ਢੱਕ ਦਾਂਗੇ ਕਿਸੇ ਵੀ ਬਰਤਨ ਦੇ ਨਾਲ, ਤੁਸੀਂ ਇਹਨੂੰ ਢੱਕ ਦੇਣਾ ਹੈ ਤੇ 5 ਮਿੰਟ ਲਈ ਆਪਾਂ ਇਹਨਾਂ ਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਐਸੇ ਤਰੀਕੇ ਨਾਲ ਸਿਕਣ ਦਵਾਂਗੇ ਜਦੋਂ ਤੱਕ ਜਿਹੜਾ ਚੀਜ਼ ਆ ਉਹ ਮੈਲਟ ਨਹੀਂ ਹੋ ਜਾਂਦਾ। ਬਨਸ ਨੂੰ ਸਿੱਕਦੇ ਹੋਏ 5 ਮਿੰਟ ਹੋ ਗਏ ਆ, ਚੈੱਕ ਕਰ ਲੈਂਦੇ ਆ ਆਪਾਂ ਕਿ ਚੀਜ਼ ਜਿਹੜਾ ਮੈਲਟ ਹੋਇਆ ਚੰਗੇ ਤਰੀਕੇ ਨਾਲ ਕਿ ਨਹੀਂ। ਇਸ ਤਰੀਕੇ ਨਾਲ ਆਪਾਂ ਬਰਤਨ ਚੱਕ ਲਾਂਗੇ, ਤੁਸੀਂ ਦੇਖ ਸਕਦੇ ਹੋ ਚੀਜ਼ ਜਿਹੜਾ ਚੰਗੇ ਤਰੀਕੇ ਦੇ ਨਾਲ ਮੈਲਟ ਹੋ ਗਿਆ ਹੈ। ਹੁਣ ਆਪਾਂ ਇਹਨਾਂ ਨੂੰ ਚੱਕ ਲਾਂਗੇ। ਦੇਖੋ ਮੈਂ ਤੁਹਾਨੂੰ ਬਿਲਕੁਲ ਕੋਲੋ ਦਿਖਾਉਣੀ ਹੈ ਕਿ ਚੀਜ਼ ਜਿਹੜਾ ਦੇਖੋ ਚੰਗੇ ਤਰੀਕੇ ਨਾਲ ਮੈਲਟ ਹੋ ਗਿਆ ਹੈ। ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਬਨਸ ਵੀ ਜਿਹੜੇ ਆ ਉਹਨਾਂ ਨੂੰ ਵੀ ਸੇਕ ਲੈਣਾ ਹੈ। ਪਹਿਲਾਂ ਆਪਾਂ ਬਿਲਕੁਲ ਥੋੜਾ ਜਿਹਾ ਆਇਲ ਬ੍ਰਸ਼ ਕਰ ਲੈਣਾ ਹੈ।
फिर आप ऊपर रख देंगे बंस। गैस दी फ्लेम बिल्कुल लो रखनी है, बिल्कुल लो फ्लेम ते आप इन्हों सेकना है। ढक देंगे ते 5 मिनट लिए आप इन्हों सेकन लिए छड़ देंगे, जो तक चीज मेल्ट नहीं हो जाता। बाकी दो पिज्जा गार्लिक बन जेड़े भी बन के तैयार है, तुसी देख सकते हो चीज जेड़ा चंगे तरीके ना मेल्ट हो गया है। गैस बंद कर देंगे ते इन्हों आप चक लेंगे, देखो चीज जेड़ा चंगे तरीके नाल मेल्ट हो गया है। पिज्जा गार्लिक बन बन के तैयार है, हुण आप थोड़ी जी चिली फ्लेक्स पा देंगे उपर दी इस तरीके ना। तुसी देखिया ये स्नैक्स नूं बनाना कितना आसान है, 5 मिनट दे विच स्नैक बन के तैयार हुंदा है। सो फ्रेंड्स तुसी भी इसे तरीके नाल बनायो ते खायो। जे वीडियो चंगी लगी तां वीडियो नूं लाइक करियो, शेयर करियो ते कमेंट करके जरूर दस्सियो कि रेसिपी किहो जी लगी। जेकर चैनल ते पहली बार आए हो तो चैनल नूं सबसक्राइब जरूर करियो ते नाल ही बैल आइकन प्रेस करके ऑल दी ऑप्शन ते क्लिक करियो ता कि मेरे आने वाले वीडियो दे नोटिफिकेशन सब तो पहले थानू मिल सकन। सो वीडियो देखने लई तुहाडा सारिआं दा बहुत बहुत धन्नवाद।